ਫਿਰੋਜ਼ਪੁਰ ਫਾਜ਼ਿਲਕਾ ਜੀ ਟੀ ਰੋਡ 'ਤੇ ਸਥਿਤ ਖਾਈ ਫੇਮੇ ਦੇ ਲਾਗੇ ਦੋ ਟਰੱਕਾਂ ਦੀ ਆਹਮੋ ਸਾਹਮਣੇ ਹੋਈ ਟੱਕਰ, ਦੋਵਾਂ ਡਰਾਈਵਰਾਂ ਦੀ ਮੌਕੇ 'ਤੇ ਹੋ ਗਈ ਮੌਤ। ਅੱਧੀ ਰਾਤ ਕਰੀਬ 12:30 ਵਜੇ ਫਿਰੋਜ਼ਪੁਰ ਫਾਜ਼ਿਲਕਾ ਜੀ ਟੀ ਰੋਡ 'ਤੇ ਸਥਿਤ ਪਿੰਡ ਖਾਈ ਫੇਮੇ ਦੇ ਲਾਗੇ ਮਹਿਮਾ ਮੋੜ ਦੇ ਉੱਪਰ ਦੋ ਟਰੱਕਾਂ ਦੇ ਵਿਚਾਲੇ ਭਿਆਨਕ ਸੜਕੀ ਹਾਦਸਾ ਹੋ ਗਿਆ, ਜਿਸ ਵਿੱਚ ਦੋਵਾਂ ਚਾਲਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੱਕ ਟਰੱਕ ਜੈਪੁਰ ਤੋਂ ਚਾਵਲਾਂ ਨਾਲ ਭਰ ਕੇ ਵਾਇਆ ਫਿਰੋਜ਼ਪੁਰ ਤੋਂ ਅੱਗੇ ਨੂੰ ਜਾ ਰਿਹਾ ਸੀ ਕਿ ਮਮਦੋੜ ਨੇੜਲੇ ਪਿੰਡ ਫੌਜੇ ਕੇ ਵਿਖੇ ਜਾਣ ਵਾਲੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ ਅਤੇ ਦੋਵਾਂ ਚਾਲਕਾਂ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਨੇ ਹੀ ਟਰੱਕ ਚਕਨਾਚੂਰ ਹੋ ਗਏ ਅਤੇ ਪਰਖੱਚੇ ਦੂਰ ਦੂਰ ਤੱਕ ਜਾ ਡਿੱਗੇ। ਥਾਣਾ ਫਿਰੋਜ਼ਪੁਰ ਦੇ ASI ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵਾਂ ਮ੍ਰਿਤਕ ਚਾਲਕਾਂ ਦੇ ਮੈਂਬਰ ਨਹੀਂ ਪਹੁੰਚ ਸਕੇ, ਜਿਸ ਕਰਕੇ ਜਾਣਕਾਰੀ ਇਕੱਠੀ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਉਹਨਾਂ ਦੱਸਿਆ ਕਿ ਦੋਵੇਂ ਮ੍ਰਿਤਕ ਚਾਲਕਾਂ ਤੋਂ ਇਲਾਵਾ ਸਹਾਇਕ ਚਾਲਕ ਵੀ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਫਿਰੋਜ਼ਪੁਰ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ। ਮਮਦੋੜ ਤੋਂ ਲਕਸ਼ਮਣ ਸਿੰਘ ਸੰਧੂ ਦੀ ਰਿਪੋਰਟ। ਥਾਣੇ ਸਦਰ ਫਿਰੋਜ਼ਪੁਰ ਦਾ ਏਰੀਆ ਪੈਂਦਾ ਪਿੰਡ ਖਾਈ ਫੇਮੇ ਕੈਡਾ, ਜਿਹੜੀ ਮਹਿਮੇ ਨੂੰ ਸੜਕ ਜਾ ਰਹੀ ਹੈ ਉੱਥੇ ਰਾਤ ਵੀ ਕਰੀਬ 12:30 ਵਜੇ ਐਕਸੀਡੈਂਟ ਹੋਇਆ ਹੈ। ਇੱਕ ਗੱਡੀ ਦਾ ਨੰਬਰ ਰਾਜਸਥਾਨ ਦਾ ਹੈ, ਦੂਜੀ ਗੱਡੀ ਹੈਗੀ ਮਮਦੋੜ ਦੀ ਹੈ। ਮਮਦੋੜ ਵਾਲੀ ਗੱਡੀ ਖਾਲੀ ਆ, ਦੂਜੇ 'ਤੇ ਚਾਵਲ ਲੱਗੇ ਨੇ। ਇਹ ਆਹਮੋ ਸਾਹਮਣੇ ਜੋ ਟੱਕਰ ਹੋਈ ਆ, ਮਮਦੋੜ ਵਾਲੀ ਗੱਡੀ ਜਿਹੜੀ ਰੌਂਗ ਸਾਈਡ 'ਤੇ ਜਾ ਕੇ ਰੁਕੀ ਆ, ਉਹ ਮੌਕੇ 'ਤੇ ਜਿਹੜੀ ਡਰਾਈਵਰ ਦੀ ਡੈਥ ਹੋ ਗਈ ਹੈ। ਮਮਦੋੜ ਵਾਲਾ ਜਿਹੜਾ ਡਰਾਈਵਰ ਹੈ ਉਹ ਸਹਿਕਦਾ ਸੀਗਾ, ਇਸ ਕਰਕੇ ਉਹਦੀ ਵੀ ਬਾਅਦ 'ਚ ਮੌਤ ਹੋ ਗਈ। ਦੋ ਕਨੈਕਟਰ ਨੇ, ਉਹ ਕਨੈਕਟਰ ਦੋਵੇਂ ਜ਼ਖਮੀ ਨੇ ਅਤੇ ਉਹਨਾਂ ਨੂੰ ਅਸਪਤਾਲ ਨਹੀਂ, ਹੁਣ ਹਸਪਤਾਲ ਹੋਣਗੇ ਜਾਂ ਕੋਈ ਲਗਾ ਜਾਂ ਕਿਵੇਂ ਆ ਉਹ ਨਾ ਪਤਾ, ਕਾਂ ਸਿਵਲ ਹਸਪਤਾਲ ਤੋਂ ਪਤਾ ਲੱਗ ਸਕਦਾ। ਰੋਡ ਬਾਕੀ ਅਸੀਂ ਕਲੀਅਰ ਕਰਾ ਦਿੱਤੀ ਆ। ਕੁੱਲ ਕਿੰਨੀਆਂ ਮੌਤਾਂ ਜੀ? ਦੋ ਮੌਤਾਂ ਮੌਕੇ 'ਤੇ ਹੋ ਗਈਆਂ ਦੋਵਾਂ ਡਰਾਈਵਰਾਂ ਦੀਆਂ।